ਮੈਨੂੰ ਇੱਕ ਵਾਰਤਾ ਯਾਦ ਆ ਗਈ। ਗੁਰੂ ਕੋਲ ਲੈਣ ਦਾ ਢੰਗ, ਗੁਰੂ ਕੋਲ ਲੈਣ ਦਾ ਢੰਗ ਦੇਖੋ। ਇੱਕ ਦਸਵੰਧ ਐਸੀ ਚੀਜ਼ ਹੈ ਕਿ ਮਹਾਰਾਜ ਕਹਿੰਦੇ ਤਿਸ ਤੇ ਚੌਗੁਣ ਕਰੇ ਨਿਹਾਲ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰੂ ਸਰਬ ਨਿਧਾਨ ਦਾਨ ਦੇ ਦੇ। ਸਾਹਿਬ ਇਹ ਨਹੀਂ ਕਹਿੰਦੇ ਕਿ ਮੇਰੇ ਅੱਗੇ ਤੂੰ ਹਜ਼ਾਰਾਂ ਮੱਥੇ ਟੇਕ, ਲੱਖਾਂ ਟੇਕ, ਉਹ ਕਹਿੰਦੇ ਕੌਡੀ ਟੇਕ ਦੇ, ਪਰ ਜਿਹੜਾ ਲੋੜਵੰਦ ਨਜ਼ਰ ਆਵੇ ਉਹਦੀ ਲੋੜ ਪੂਰੀ ਕਰ। ਆਖੋ ਸਤਨਾਮ, ਲੋੜ ਪੂਰੀ ਕਰ। ਜਿਹੜਾ ਤੇਰੇ ਅੱਗੇ ਆ ਕੇ ਖੜ ਗਿਆ ਨਾ, ਆਪਣੀ ਲੋੜ ਦੱਸ ਰਿਹਾ ਔਰ ਤੇਰੇ ਕੋਲ ਹੈ, ਫਿਰ ਆਹ ਸ਼ੁਕਰ ਕਰੀ ਵਾਹਿਗੁਰੂ, ਇਹਦੀ ਲੋੜ ਪੂਰੀ ਕਰਨ ਦਾ ਵਸੀਲਾ ਤੂੰ ਮੈਨੂੰ ਬਣਾਇਆ। ਕਾਫੀ ਪੁਰਾਣਾ ਵਾਕਿਆ ਹੈ, ਦਾਸ ਤੁਹਾਡੇ ਨਾਲ ਸਾਂਝਾ ਵੀ ਕੀਤਾ, ਮਨ ਕਰਦਾ ਫਿਰ ਸਾਂਝਾ ਕਰ। ਬੰਬੇ ਇੱਕ ਗੁਰਮੁਖ ਪਿਆਰੇ, ਉਹ ਕਾਫੀ ਪੁਰਾਣੀ ਪੁਰਾਣੇ ਸਮੇਂ ਦੀ ਗੱਲ ਹੈ ਸਤਸੰਗ ਜੀ, ਪੁਰਾਣਾ ਟਾਈਮ ਹੈ। ਉਹ ਬੱਸਾਂ ਲੈ ਕੇ ਜਾਇਆ ਕਰਦੇ ਸਨ ਹੇਮਕੁੰਡ ਸਾਹਿਬ, ਤੇ ਬੰਬੇ ਤੋਂ ਚੱਲਣਾ, ਬੰਬੇ ਤੋਂ ਦਿੱਲੀ ਆਉਣਾ, ਦਿੱਲੀ ਤੋਂ ਬੱਸਾਂ ਕਰਨੀਆਂ ਤੇ ਹੇਮਕੁੰਡ ਸਾਹਿਬ ਜਾਣਾ, ਦਿੱਲੀ ਤੱਕ ਫਿਰ ਵਾਪਸ, ਫਿਰ ਦਿੱਲੀ ਤੋਂ ਬਾਈ ਟ੍ਰੇਨ ਸਾਰਿਆਂ ਦਾ। ਤੇ ਜਦੋਂ ਘਾਟ ਪਹੁੰਚਦੇ ਸਨ ਗੋਬਿੰਦ ਘਾਟ, ਉੱਥੋਂ ਉਹ ਗੁਰਮੁਖ ਪਿਆਰੇ ਕਹਿ ਦਿੰਦੇ ਸਨ ਵੀ ਜਿਹਨੇ ਕਾਂਡੀ ਕਰਨੀ ਕਾਂਡੀ ਕਰ ਲਏ, ਬੱਗੀ ਕਰਨੀ ਬੱਗੀ ਕਰ ਲਏ, ਘੋੜਾ ਕਰਨਾ ਘੋੜਾ ਕਰ ਲਏ, ਉਹ ਫਰੀ। ਮਤਲਬ ਬੰਬੇ ਤੋਂ ਬੰਬੇ ਤੱਕ, ਮੁੰਬਈ ਤੋਂ ਮੁੰਬਈ ਤੱਕ ਟੋਟਲ ਫਰੀ। ਤੇ ਜਿਹੜਾ ਘੋੜਾ ਨਹੀਂ ਕਰਨਾ ਚਾਹੁੰਦਾ, ਕਾਂਡੀ ਨਹੀਂ ਕਰਨਾ ਚਾਹੁੰਦਾ, ਬੱਗੀ ਨਹੀਂ ਕਰਨਾ ਚਾਹੁੰਦਾ, ਪੈਦਲ ਜਾਣਾ ਚਾਹੁੰਦਾ, ਜਿਹੜਾ ਪੈਦਲ ਜਾਏਗਾ 5,000 ਰੁਪਈਆ ਉਹਨੂੰ ਨਗਦੀ ਇਨਾਮ ਦਿੱਤਾ ਜਾਏਗਾ। ਉਹਨਾਂ ਨੇ ਮਤਲਬ ਏਦਾਂ ਰੱਖਿਆ ਸੀ, ਬੱਸਾਂ ਲੈ ਕੇ ਜਾਇਆ ਕਰਦੇ। ਉਹਨਾਂ ਵਿੱਚ ਇੱਕ ਗੁਰਮੁਖ ਪਿਆਰਾ ਵੀ ਚੱਲਾ ਗਿਆ ਸੀ, ਫੱਕੜ ਸੀ, ਫੱਕੜ ਮਾਇਆ ਨਹੀਂ, ਪਰ ਚਲੋ ਹੁਣ ਬੱਸਾਂ ਫਰੀ ਦੀਆਂ ਜਾ ਰਹੀ, ਖਾਣਾ ਪੀਣਾ ਫਰੀ, ਘੋੜਾ ਕਾਂਡੀ ਫਰੀ, ਸਭ ਕੁਝ ਫਰੀ, ਟਿਕਟਾਂ ਫਰੀ, ਤੁਰ ਪਿਆ। ਦਿਮਾਗ ਦਾ ਬੜਾ ਧਨੀ ਸੀ, ਦਿਮਾਗ ਦਾ ਬੜਾ ਧਨੀ ਉਹ ਗੁਰਮੁਖ ਪਿਆਰਾ। ਜਦੋਂ ਸਾਹਿਬ ਪਹੁੰਚਿਆ ਨਾ ਮਹਾਰਾਜ ਦੇ ਦਰਬਾਰ 'ਚ ਸੱਚਖੰਡ ਸ਼੍ਰੀ ਹੇਮਕੁੰਡ ਸਾਹਿਬ, ਗਲ 'ਚ ਪਾਇਆ ਪੱਲਾ ਤੇ ਮਹਾਰਾਜ ਦੇ ਚਰਨਾਂ 'ਚ ਕਰਨ ਲੱਗਾ ਅਰਦਾਸ। ਆ ਹੁਣ ਉਹਦੀ ਅਰਦਾਸ ਪਕੜਿਓ ਜੀ। ਮਹਾਰਾਜ ਅੱਗੇ ਚਰਨਾਂ 'ਚ ਬੇਨਤੀ ਕਰਨ ਲੱਗਾ, ਕਹਿੰਦੇ ਮਹਾਰਾਜ ਮੈਨੂੰ ਪਤਾ ਬੜੀਆਂ ਸੰਗਤਾਂ ਰਹਿ ਗਈਆਂ, ਹੋ ਸਕਦਾ ਇਸ ਗੁਰਮੁਖ ਕੋਲ ਵਿੱਤ ਨਾ ਹੋਵੇ ਐਡੀ, ਮਹਾਰਾਜ ਕਿਰਪਾ ਕਰੋ। ਹੁਣ ਲੋਕੀ ਜਾ ਕੇ ਉੱਥੇ ਕੀ ਮੰਗਦੇ ਨੇ, ਕੋਈ ਆਪਣੀ ਆਹ ਮੁਰਾਦ, ਕੋਈ ਉਹ ਮੁਰਾਦ, ਕੋਈ ਕੋਈ ਕਹਿੰਦਾ ਜੀ ਮਾਇਆ ਦੇ ਦਿਓ, ਕੋਈ ਕਹਿੰਦਾ ਕਾਰੋਬਾਰ 'ਚ ਬਰਕਤ ਪਾ ਦਿਓ, ਕੋਈ ਇਹ ਕਰ ਦਿਓ। ਉਹਨੇ ਕੁਝ ਨਹੀਂ ਮੰਗਿਆ, ਕੁਝ ਨਹੀਂ ਕਿਹਾ, ਕਾਰੋਬਾਰ 'ਚ ਬਰਕਤ ਪਾ ਦਿਓ, ਮੇਰਾ ਕੰਮ ਵਧਾ ਦਿਓ, ਮੈਂ ਫੱਕਣ, ਮੈਨੂੰ ਕੰਮ ਖੋਲ ਦਿਓ, ਆਹ ਕਰ ਦਿਓ। ਉਹਨੇ ਦੇਖੋ ਕਿਆ, ਮੈਂ ਕਹਿੰਦਾ ਜੁਗਤੀ ਵਰਤੀ ਜੀ, ਉਹ ਕਹਿੰਦੇ ਮਹਾਰਾਜ ਏਦਾਂ ਬਖਸ਼ਿਸ਼ ਕਰ ਦਿਓ ਕਿ ਮੈਂ ਅਗਲੇ ਸਾਲ ਤੁਹਾਡੇ ਦਸਵੰਧ ਦੇ ਵਿੱਚੋਂ ਨਾ ਇੱਕ ਬੱਸ ਲੈ ਕੇ ਆਵਾਂ। ਆਖੋ ਸਤਨਾਮ, ਸਮਝ ਤੁਹਾਡੇ ਦਸਵੰਧ ਵਿੱਚੋਂ ਮੈਂ ਇੱਕ ਬੱਸ ਲੈ ਕੇ ਆਵਾਂ। ਉਸ ਵੇਲੇ ਪੂਰੀ ਬੱਸ ਦਾ, ਇੱਕ ਬੱਸ ਦਾ ਖਰਚਾ ਸੀ 75,000, ਇਹ ਭਲੇ ਵੇਲੇ ਦੀ ਮੈਂ ਗੱਲ ਕਰ ਰਿਹਾ, ਮੁੰਬਈ ਤੋਂ ਮੁੰਬਈ ਤੱਕ ਸਭ ਕੁਝ ਫਰੀ, ਖਾਣਾ ਪੀਣਾ, ਇੱਕ ਬੱਸ ਦਾ 75,000। ਉਦੋਂ 75,000 ਦੀ ਰਕਮ ਬੜੀ ਵੱਡੀ ਸੀ। ਤੇ ਕਹਿਣ ਲੱਗਾ, ਕਹਿੰਦੇ ਮਹਾਰਾਜ ਵੀ ਮੈਂ ਨੀ ਇਹ ਤੁਹਾਨੂੰ ਕਹਿੰਦਾ ਮੇਰਾ ਕਾਰੋਬਾਰ ਚਲਾ ਦੇ, ਆ ਕਰਦੇ ਉਹ ਕਰ, ਵੀ ਪਾਤਸ਼ਾਹ ਮੇਰਾ ਚਿੱਤ ਕਰਦਾ, ਬੜੇ ਬੰਦੇ ਰਹਿ ਜਾਂਦੇ ਨੇ ਤੇ ਇੱਕ ਬੱਸ ਮੈਂ ਤੁਹਾਡੇ ਦਸਵੰਧ ਵਿੱਚੋਂ ਲੈ ਕੇ ਆਵਾਂ।
ਆਖ ਉਹ ਸਾਧਨ ਆ। ਹੁਣ ਦੇਖੋ ਉਹਦਾ ਦਿਮਾਗ ਕਿੱਡਾ ਰੋਸ਼ਨ ਦਿਮਾਗ ਹੈ। ਉਹਨੇ ਮਹਾਰਾਜ ਕੋਲੋਂ 75,000 ਨਹੀਂ ਮੰਗਿਆ ਦਸਵਾਂ ਦਿਨ, ਉਹਨੇ 7.5 ਲੱਖ ਰੁਪਈਆ ਮੰਗਿਆ। 7.5 ਲੱਖ ਸਿੱਧਾ ਨਹੀਂ ਮੰਗਿਆ, ਪੁੱਠੇ ਹੱਥੀ ਮੰਗ ਲਿਆ। ਸਿੱਧਾ ਨਹੀਂ ਕਿਹਾ ਮੇਰੇ ਵਪਾਰ ਚ ਕਾਰੋਬਾਰ ਚ ਬਰਕਤ ਬਾਦ। ਉਹਨੂੰ ਪਤਾ ਹੈ ਕਿ ਮਹਾਰਾਜ ਦਸਵੰਦ ਤੇ ਰੀਝਦੇ ਨੇ, ਬਈ ਜਿਹੜਾ ਪੂਰਾ ਪੂਰਾ ਦਸਵੰਦ ਕੱਢਦਾ ਉਹਦੀ ਬਰਕਤ, ਉਹਦੇ ਕਾਰੋਬਾਰ ਚ ਬਰਕਤਾਂ ਪਾਉਂਦੇ ਨੇ। ਜਿਹੜਾ ਪੂਰਾ ਪੂਰਾ ਦਸਵੰਦ ਕੱਢਦਾ ਉਹਦੇ ਕਾਰੋਬਾਰ ਚ ਬਰਕਤਾਂ ਪੈਂਦੀਆਂ। ਤੇ ਕਹਿੰਦੇ ਮੈਂ ਮਹਾਰਾਜ ਤੁਹਾਡਾ ਦਸਵੰਦ ਮੈਂ ਇੱਧਰ ਤੁਹਾਡੇ ਤੇ ਹੀ ਲਾ ਦਿੱਤਾ, ਤੁਹਾਡੀਆਂ ਸੰਗਤਾਂ ਤੇ ਲਾ ਦਿੱਤਾ, ਫੱਕਣਾ ਮੈਂ ਕਿੱਥੋਂ ਬੱਸ ਲਿਆਵਾਂ, ਪਰ ਲਿਆਉਣਾ ਤੁਹਾਡੇ ਦਸਵੰਦ ਵਿੱਚੋਂ ਹੈ, ਮੈਂ ਆਪਣੇ ਪੱਲੋਂ ਨਹੀਂ ਲਿਆਉਣਾ। ਜੁਗਤ ਲਓ ਜੀ ਅਰਦਾਸ ਕਰਕੇ ਗਿਆ ਮਹਾਰਾਜ, ਰੀਝ ਪਏ। ਹੁਣ ਉਹਦੇ ਭੋਲੇਪਨ ਤੇ ਰੀਝੇ ਜਾਂ ਦਸਵੰਦ ਤੇ ਰੀਝੇ ਜਾਂ ਕਿਵੇਂ, ਉਹ ਮਾਲਕ ਦੀ ਉਹਨੂੰ ਲਾਭ ਹੀ ਓਨਾ ਹੋਇਆ ਜਿੰਨਾ ਉਹਨੇ ਮੰਗਿਆ ਜੀ। 7.5-8 ਲੱਖ ਦੇ ਕਰੀਬ ਉਹਦਾ ਸਾਧ ਸੰਗਤ ਜੀ ਮੁਨਾਫਾ ਹੋਇਆ। ਤਕਦੀਰ ਜਾਗ ਗਈ, ਕਿਸੇ ਕੰਮ 'ਚ ਹੱਥ ਪਾਇਆ ਤੁਰ ਪਿਆ। ਪਰ ਉਹ ਵੀ ਬੰਦੇ ਦਾ ਪੁੱਤ ਸਾਧ ਪੂਰਾ ਮਰਦ ਨਿਕਲਿਆ। ਹੁਣ 8 ਲੱਖ ਦਾ ਜਾਂ 7.5 ਲੱਖ ਦਾ 75,000 ਜਾਂ 80,000 ਬਣਦਾ ਭੱਲੇ ਵੇਲੇ, ਤੇ ਸਾਧ ਸੰਗਤ ਬੰਦਾ ਮੁਨਕਰ ਹੋ ਸਕਦਾ, ਮੁਨਕਰ ਹੋ ਸਕਦਾ ਨਾ ਜੀ, ਮੁਕਰ ਸਕਦਾ। ਅਗਲਾ ਕਹਿੰਦਾ ਯਾਰ ਮੈਂ 80,000 ਕੱਢ ਦਿਓ, 80,000 ਨਾਲ ਆ ਜੂ। ਉਹ ਕਹਿੰਦੇ ਨਾ ਮਹਾਰਾਜ ਨਾਲ ਬੇਈਮਾਨੀ ਨਹੀਂ ਕਰਨੀ, ਮਹਾਰਾਜ ਨਾਲ ਬੇਈਮਾਨੀ। ਉਹਨੇ ਪੂਰਾ ਦਸਵੰਦ ਕੱਢਿਆ। ਜਿਹਨੇ ਅੱਗੇ ਹੋਰ ਲੈਣਾ ਹੁੰਦਾ ਨਾ, ਮੰਨ ਲਓ ਕਿਸੇ ਨੇ ਇੱਕ ਗੱਡੀ ਹੋਰ ਕਢਾਉਣੀ ਹੋਵੇ ਤੇ ਉਹ ਕਿਸ਼ਤਾਂ ਨਹੀਂ ਰੋਕਦਾ, ਆਖੋ ਸਤਨਾ। ਕਿਸੇ ਨੇ ਹੋਰ ਅੱਗੋਂ ਕਰਜ਼ਾ ਲੈਣਾ ਹੋਵੇ ਉਹ ਕਹਿੰਦਾ ਯਾਰ ਸਿੱਧਾ ਸਿੱਧਾ ਚੱਲੀ ਚੱਲ, ਫਰੋਡੀਆ ਡਿਕਲੇਅਰ ਹੋ ਗਿਆ ਤੇ ਆਹ ਵੀ ਬੰਦ ਹੋ ਜੂਗਾ ਕੰਮ, ਹੈ ਨਾ। ਉਹਨੇ ਹਾਲੇ 75 ਤੱਕ ਥੋੜ੍ਹਾ ਰੁਕਣਾ ਸੀ, ਹੁਣ ਤਾਂ ਗਾਂਹ ਅੱਗੇ ਤੱਕ ਜਾਣਾ ਸੀ। ਉਹ ਕਹਿੰਦਾ ਸਿੱਧਾ ਸਿੱਧਾ ਕੱਢੀ ਚੱਲ ਚੁੱਪ ਕਰਕੇ, ਫਰੋਡੀਆ ਥੋੜ੍ਹਾ ਨਾ ਬਣਨਾ ਮਹਾਰਾਜ ਦੀ ਨਿਗਾਹ 'ਚ। ਹੁਣ ਉਹਨੇ ਕੀ ਕੀਤਾ, ਇੱਕ ਬੱਸ ਲਈ ਜੀ, ਪੂਰਾ ਬੱਸ ਦੀਆਂ ਸੰਗਤਾਂ ਲਈਆਂ ਆ ਗਿਆ। ਜਦੋਂ ਮਹਾਰਾਜ ਦੇ ਦਰ ਤੇ ਪਹੁੰਚਿਆ ਉਹਨੇ ਵੀ ਇੱਦਾਂ ਹੀ ਕੀਤਾ ਜੀ, ਜਿਹਨੇ ਕਾਂਡੀ ਕਰਨੀ ਫਰੀ ਕਾਂਡੀ, ਬੱਗੀ ਕਰਨੀ ਬੱਗੀ ਕਰ ਲਓ, ਘੋੜਾ ਕਰਨਾ ਘੋੜਾ ਕਰ ਲਓ, ਜਿਹੜਾ ਪੈਦਲ ਜਾਣਾ ਚਾਹੁੰਦਾ 5,000 ਨਕਦੀ ਇਨਾਮ ਦਿੱਤਾ ਜਾਏਗਾ। ਜੋ ਖਾਣਾ ਜੋ ਤੁਸੀਂ ਖਾਣਾ ਪੀਣਾ ਖਾਓ, ਉਹਦਾ ਬਿੱਲ ਮੇਰੇ ਖਾਤੇ ਪਾ ਦਿਓ। ਹੁਣ ਉਹ ਜਦੋਂ ਸਾਧ ਮਹਾਰਾਜ ਦੇ ਹਜ਼ੂਰੀ ਪਹੁੰਚਿਆ, ਗੱਲ 'ਚ ਫਿਰ ਪਾਇਆ ਪੱਲਾ, ਤੇ ਆਉਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ, ਮਹਾਰਾਜ ਜੀ ਵੀ ਸੰਗਤਾਂ ਤਾਂ ਬਹੁਤ ਸਨ ਪਰ ਕਰਾਂਗੀ, ਤੁਹਾਡਾ ਦਸਵੰਦ ਹੀ ਇੱਕ ਬੱਸ ਦਾ ਨਿਕਲਿਆ ਤੇ ਲੈ ਕੇ ਮੈਂ ਦਸਵੰਦ 'ਚੋਂ ਆਉਣਾ ਸੀ। ਮਹਾਰਾਜ ਬੰਦੇ ਬੜੇ ਰਹਿ ਗਏ ਨੇ, ਮਹਾਰਾਜ ਕਿਰਪਾ ਕਰੋ ਅਗਲੀ ਵਾਰੀ 2 ਬੱਸਾਂ ਲੈ ਕੇ ਆਵਾਂ ਤੁਹਾਡੇ ਦਸਵੰਦ 'ਚੋਂ, ਆਖੋ ਸਤਨਾਮ। ਬੰਦੇ ਬੜੇ ਰਹਿ ਗਏ, ਉਹ ਬੰਦੇ ਦੇ ਪੁੱਤ ਨੇ 15 ਲੱਖ ਰੁਪਈਆ ਮੰਗ ਲਿਆ, 15 ਲੱਖ ਮੰਗ ਲਿਆ। ਕਹਿੰਦੇ ਮਹਾਰਾਜ ਹੁਣ ਬੰਦੇ ਬੜੇ ਰਹਿ ਗਏ ਪਰ ਲਿਆਉਣਾ ਤੁਹਾਡੇ ਦਸਵੰਦ 'ਚੋਂ ਸੀ, ਮੈਂ ਪੱਲੋ ਤਾਂ ਮੈਂ ਲਿਆਉਣਾ ਨਹੀਂ ਤੁਹਾਡੇ ਦਸਵੰਦ 'ਚੋਂ। ਤੇ ਮਹਾਰਾਜ ਹੁਣ ਕਿਰਪਾ ਕਰੋ 2 ਬੱਸਾਂ ਅਗਲੀ ਵਾਰ। ਹੁਣ ਪਤਾ ਨਹੀਂ ਭੋਲੇ ਭਾ ਮੰਗਿਆ ਕਿਵੇਂ ਮੰਗਦਾ ਸੀ ਮਹਾਰਾਜ, ਕਿੱਦਾਂ ਰੀਝੀ ਗਏ ਉਹਦੇ ਮੰਗ ਤੇ, ਮਹਾਰਾਜ ਪ੍ਰਸੰਨ ਹੋ ਗਏ। ਅਗਲੇ ਸਾਲ ਸਾਧ ਸੰਗਤ ਹੋਰ ਕਿਰਪਾ ਹੋ ਗਈ, ਹੋਰ ਕਿਰਪਾ, ਮਹਾਰਾਜ ਨੇ ਉਨੇ ਹੀ ਦਿੱਤੇ ਜਿੰਨੇ ਉਹਨੇ ਮੰਗੇ। ਅਗਲੇ ਸਾਲ ਉਹ 2 ਬੱਸਾਂ, ਹੁਣ 1.5 ਲੱਖ ਰੁਪਈਆ ਉਹਨੇ ਕੱਢਿਆ, 1.5 ਲੱਖ ਰੁਪਈਆ ਭੱਲੇ ਵੇਲੇ। ਸਾਧ ਸੰਗਤ ਸਾਡੇ ਵਰਗਾ ਬੰਦਾ ਹੋਵੇ ਤੇ 1.5 ਲੱਖ
ਕੱਢਣ ਵੇਲੇ ਇੱਦਾਂ ਜਿਹੜਾ ਅੰਦਰਲਾ ਹਿਰਦਾ ਨਾ ਝੂੰ 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 ਕਰੇ, ਡੇਢ ਲੱਖ ਕੱਢਾ, ਡੇਢ ਲੱਖ ਕੱਢਾ ਐਡਾ ਕੱਢਾ। ਪਰ ਕਹਿੰਦੇ ਮਹਾਰਾਜ ਨਾਲ ਬੇਈਮਾਨੀ, ਮਹਾਰਾਜ ਨਾਲ ਜੋ ਪੂਜਨ ਕਰਤਾ ਬਚ ਬਚ, ਉਹਨੇ ਜੀ ਪੂਰਾ ਪੂਰਾ ਦਸਵੰਧ ਕੱਢਿਆ ਜੀ ਆਪਣਾ ਪੂਰਾ ਦਸਵੰਧ। ਹੁਣ ਲੈ ਕੇ ਆਇਆ ਫਿਰ ਉਹੀ ਜੁਗਤੀ, ਫਿਰ ਗੱਲ ਚ ਝੂਰੀਆ ਪਾ ਕੇ ਖੜਾ ਹੋ ਗਿਆ। ਮਹਾਰਾਜ ਬੜੀਆਂ ਸੰਗਤਾਂ ਹਲੇ ਰਹਿ ਗਈਆਂ, ਉਹ ਕਹਿੰਦਾ ਸੀ ਮੈਂ ਵੀ ਜਾਣਾ, ਉਹ ਕਹਿੰਦਾ ਮੈਂ ਵੀ, ਮੈਨੂੰ ਵੀ ਦਰਸ਼ਨ ਕਰਾ ਦਿਓ, ਮੈਨੂੰ ਵੀ ਦਰਸ਼ਨ ਕਰਾ। ਮਹਾਰਾਜ ਹੁਣ ਕਰਾਂ ਕਿ ਦਸਵੰਧ ਵਿੱਚੋਂ ਦੋ ਹੀ ਬੱਸਾਂ ਲਿਆ ਸਕਦਾ, ਮਹਾਰਾਜ ਕਿਰਪਾ ਕਰੋ ਅਗਲੀ ਵਾਰੀ ਚਾਰ ਬੱਸਾਂ ਲਿਆ, ਆਖੋ ਸਤਨਾਮ ਤੁਹਾਡੇ ਦਸਵੰਧ। ਉਹਨੇ ਕੰਮ ਮੰਗਿਆ ਹੀ ਨਹੀਂ ਜੀ, ਉਹਨੇ ਇਹ ਨਹੀਂ ਕਿਹਾ ਮੇਰੇ ਕਾਰੋਬਾਰ ਚ ਬਰਕਤ ਪਾਓ, ਉਹਨੇ ਕਿਹਾ ਆਪਣਾ ਦਸਵੰਧ ਵਧਾਓ। ਆਖੋ ਸਤਨਾਮ। ਦੇਖੋ ਮਤਲਬ ਨੌ ਹਿੱਸੇ ਵੱਲ ਉਹਨੇ ਕੋਈ ਫੋਕਸ ਨਹੀਂ ਮਾਰਿਆ, ਇਹ ਇੱਕ ਹਿੱਸੇ ਨੂੰ ਕਹਿੰਦਾ ਬਸ ਮਹਾਰਾਜ ਵਧਾਓ। ਉਹਨੂੰ ਪਤਾ ਜੇ ਇਹ ਇੱਕ ਹਿੱਸਾ ਵੱਧ ਗਿਆ ਨੌ ਤਾਂ ਆਪਣੇ ਆਪ ਹੀ ਵੱਧ ਜਾਣਗੇ। ਆਖੋ ਸਤਨਾਮ। ਔਰ ਅਸੀਂ ਰੋਲਾ ਪਾਉਂਦੇ ਫਿਰਦੇ ਹਾਂ ਇਹ ਦਸ ਵਧਾਓ, ਇਹ ਦਸ ਵਧਾਓ, ਇਹ ਦਸ ਵਧਾਓ, ਉਹ ਦਸ ਵਿੱਚੋਂ ਉਹ ਇੱਕ ਹਿੱਸਾ ਵੀ ਨਹੀਂ ਕੱਢਦੇ। ਉਹਨੇ ਕੀ ਜੁਗਤੀ ਕੀਤੀ, ਨੌ ਦੀ ਢੇਰੀ ਇੱਕ ਲਾਈ, ਇੱਕ ਦੀ ਢੇਰੀ ਇੱਕ ਲਾਈ, ਇਹ ਆ ਨੌ ਦੀ ਢੇਰੀ ਹੈ, ਇਹ ਇੱਕ ਦੀ ਢੇਰੀ, ਮਾਰੇ ਇਹਨੂੰ ਵਧਾਓ, ਇਹ ਤਾਂ ਚਲੋ ਇਹਦੀ ਖੈਰ ਹੈ, ਇਹਦੀ ਖੈਰ ਹੈ, ਇਹਨੂੰ ਵਧਾਓ। ਉਹਨੂੰ ਪਤਾ ਜੇ ਆਹ ਵੱਧ ਗਿਆ ਤੇ ਆਹ ਤਾਂ ਵਧੇਗਾ ਨਾ ਜੀ, ਆਹ ਤਾਂ ਵਧੇਗਾ। ਹੁਣ ਜਿਹੜਾ 15 ਲੱਖ ਉਹਦਾ ਬਣਿਆ, ਡੇਢ ਕੱਢਿਆ ਤੇ 13.5 ਬਚਿਆ ਕਿ ਨਹੀਂ ਬਚਿਆ, ਹੁਣ ਪਿਛਲੇ ਸਾਲ ਨਾਲੋਂ ਵਧਿਆ ਕਿ ਨਹੀਂ ਵਧਿਆ, ਕੰਮ ਦਸਵੰਧ ਵੀ ਵੱਧ ਗਿਆ, ਉਹਦਾ 90% ਵੀ ਵੱਧ ਗਿਆ। ਯਕੀਨ ਜਾਣਿਓ ਸਤਸੰਗ ਜੀ, ਉਹਦਾ ਜਿਹੜਾ ਅਖੀਰਲਾ ਸਮਾਂ ਉਸ ਤੋਂ ਪਹਿਲੇ ਪਤਾ ਕਿੰਨੀਆਂ ਬੱਸਾਂ ਲੈ ਕੇ ਗਏ ਇਸ ਜੁਗਤੀ ਦੇ ਨਾਲ, 15 ਬੱਸਾਂ ਸਤਸੰਗ ਜੀ ਉਹ ਸ੍ਰੀ ਹੇਮਕੁੰਡ ਸਾਹਿਬ ਦਸਵੰਧ ਵਿੱਚੋਂ ਲੈ ਕੇ ਗਿਆ। ਔਰ ਲਗਭਗ ਇਹ 11-12 ਲੱਖ ਰੁਪਈਆ ਬਣ ਜਾਂਦਾ ਦਸਵੰਧ ਦਾ, 11-12 ਲੱਖ ਉਹਨੇ ਵਾਜਬ ਪੂਰਾ ਕੱਢਿਆ। ਮਹਾਰਾਜ ਨਾਲ ਏਦਾਂ ਮੈਂ ਧੋਖਾ ਨਹੀਂ ਕਰਨਾ। ਏਦਾਂ ਜਦੋਂ ਉਹ ਜਾ ਰਹੇ ਸਨ ਏਡੀਆਂ ਏਡਾ ਵੱਡਾ ਕਾਫਲਾ ਲੈ ਕੇ ਤੇ ਦਿੱਲੀ ਸਟੇਸ਼ਨ ਤੇ ਉਤਰੇ, ਤੇ ਦਿੱਲੀ ਸਾਡੇ ਗੁਰਮੁਖ ਪਿਆਰੇ ਨੇ ਸਰਦਾਰ ਜਸਵੀਰ ਸਿੰਘ, ਮੈਨੂੰ ਪਤਾ ਲੱਗਾ ਉਹ ਏਡਾ ਵੱਡਾ ਕਾਫਲਾ ਲੈ ਕੇ ਚੱਲੇ ਮਹਾਰਾਜ ਦੇ ਦਰਬਾਰ। ਦਾਸ ਨੇ ਜਸਵੀਰ ਸਿੰਘ ਜੀ ਨੂੰ ਕਿਹਾ, ਮੈਂ ਕਿਹਾ ਯਾਰ ਜਾ ਕੇ ਬਈ ਥੋੜ੍ਹੀ ਬਹੁਤ ਕੁਛ ਸੇਵਾ ਦਿਓ ਉਹਨਾਂ ਨੂੰ, ਮਹਾਰਾਜ ਕਿਰਪਾ ਕਰਨ, ਚਲੋ ਇੰਨਾ ਵੱਡਾ ਜੱਥਾ ਜਾ ਰਿਹਾ ਤੁਹਾਡੀ ਵੀ ਥੋੜ੍ਹੀ ਹਾਜ਼ਰੀ ਲੱਗਦੀ, ਮੈਂ ਕਿਹਾ ਮਿਲ ਆਓ ਮਾੜਾ ਜੀ। ਉਹ ਜਦੋਂ ਗਏ ਚੰਗਾ ਫਰੂਟ ਲੈ ਕੇ ਜੀ ਆ ਉਹ ਸਭ ਸੰਗਤਾਂ ਵਾਸਤੇ, ਉਹਦਾ ਵੈਸੇ ਹੀ ਦਿਲ ਬੜਾ ਖੁੱਲ੍ਹਾ ਸਰਦਾਰ ਜਸਵੀਰ ਸਿੰਘ ਜੀ ਦਾ। ਉਹ ਜਦੋਂ ਲੈ ਕੇ ਗਏ ਸੰਗਤਾਂ ਵਾਸਤੇ ਤੇ ਉਹ ਸਰੀਰ ਜਿਹੜਾ ਸਾਸਨ, ਉਹ ਕਹਿਣ ਲੱਗਾ ਕਹਿੰਦੇ ਸਰਦਾਰ ਸਾਹਿਬ ਉਦਾਂ ਤਾਂ ਮੇਰਾ ਬਚਨ ਹੈ ਕਿ ਬਈ ਆਪਣੇ ਵੱਲੋਂ ਹੀ ਮੈਂ ਸਭ ਕੁਝ ਕਰਦਾ, ਪਰ ਚਲੋ ਤੁਸੀਂ ਪ੍ਰੇਮ ਨਾਲ ਸੰਗਤਾਂ ਲਈ ਲਿਆਇਓ ਦਿਓ ਜੀ ਆਇਆ। ਜਸਵੀਰ ਸਿੰਘ ਜੀ ਦੱਸਦੇ ਕਹਿੰਦੇ ਵੀਰ ਜੀ ਮੈਂ ਕੀ ਜਿਹੜਾ ਲੈ ਕੇ ਗਿਆ, ਮੈਂ ਜਿਹੜਾ ਦਿੱਤਾ ਉਸ ਤੋਂ ਵੱਧ ਉਹਨਾਂ ਨੇ ਸਾਨੂੰ ਦੇ ਕੇ ਤੋਰਿਆ ਹੈ। ਆਹੋ ਸਤਨਾਮ ਕਿ ਆਹ ਸਾਡੇ ਵੱਲੋਂ ਲੈ, ਆਹ ਸਾਡੇ ਵੱਲੋਂ ਲੈ। ਮਤਲਬ ਭਾਵ ਉਹਦੇ ਮਨ 'ਚ ਇੱਕੋ ਗੱਲ ਸੀ ਕਿ ਜੋ ਗੁਰੂ ਦਾ ਹਿੱਸਾ ਮੈਂ ਕੱਢਿਆ ਉਹਦੇ 'ਚ ਇੰਨਾ ਵੀ ਮੈਂ ਬੇਈਮਾਨੀ ਨਹੀਂ ਕਰਨੀ, ਤਿਲ ਮਾਤਰ ਦੀ ਬੇਈਮਾਨੀ, ਜੋ ਗੁਰੂ ਦਾ ਬਣਦਾ ਉਹ ਪੂਰਾ ਪੂਰਾ ਗੁਰੂ ਦਾ ਕੱਢਣਾ। ਸਤਸੰਗ ਜੀ ਹੁਣ ਦੇਖੋ ਉਹ ਜੁਗਤੀ ਕਿੰਨੀ ਕਾਰਗਲ ਸਿੱਧ। ਆਪਾਂ ਕੰਮ ਨੂੰ ਕਹਿੰਦੇ ਹਾਂ ਮਹਾਰਾਜ ਕੰਮ ਵਧਾ ਦਿਓ, ਕਹੋ ਦਸਵੰਧ ਵਧਾ ਦਿਓ। ਪਰ ਇਹ ਤਾਂ ਕਹਿਣਾ
ਦਸਵੰਧ ਵਧਾ ਦਿਓ। ਜੇ ਦਸਵੰਧ ਗੁਰੂ ਦੇ ਨਾਂ ਦਾ ਪੂਰਾ ਕੱਢਣਾ ਹੈ ਕੋ ਸਤ ਨਾਂ ਕੱਢਣਾ। ਹੁਣ ਮੰਨ ਲਓ ਤੁਹਾਡੀ ਇਨਕਮ 25,000, 2500 ਰੁਪਈਆ ਦਸਵੰਧ ਨਿਕਲਿਆ। ਤੁਸੀਂ ਕਹਿੰਦੇ ਹੋ ਮਹਾਰਾਜ ਦਸਵੰਧ ਵਧਾ ਦਿਓ, ਦਸਵੰਧ ਵਧਾ ਦਿਓ, ਦਸਵੰਧ ਵਧਾ ਦਿਓ, ਮਤਲਬ 2500 ਦਸਵੰਧ ਮੇਰਾ ਵਧਾ ਦਿਓ, ਠੀਕ ਹੈ ਆਪਣਾ ਦਸਵੰਧ ਵਧਾ ਦਿਓ। ਮਹਾਰਾਜ ਕਹਿੰਦੇ ਚੰਗਾ। ਹੁਣ ਮਹਾਰਾਜ ਨੇ 50,000 ਕਰ ਦਿੱਤਾ, ਇਨਕਮ 50,000 ਕਰਤੀ। ਹੁਣ ਦਸਵੰਧ ਕਿੰਨਾ ਨਿਕਲਿਆ ਜੀ? 5,000। ਹੁਣ ਬੰਦਾ 5,000 ਕੱਢਣ ਵੇਲੇ ਨਹੀਂ ਯਾਰ ਇਹ ਤਾਂ ਬਹੁਤ ਜ਼ਿਆਦਾ, ਰਹਿਣ ਦੇ ਰਹਿਣ ਦੇ, ਤੇ ਅਗਲੀ ਵਾਰੀ ਜਾ ਕੇ ਕੀ ਬੋਲੇਗਾ? ਦਸਵੰਧ ਵਧਾ ਦਿਓ। ਮਹਾਰਾਜ ਕਹਿਣਗੇ ਮੈਂ ਤਾਂ ਦਸਵੰਧ ਵਧਾਇਆ ਸੀ, ਕੱਢ ਤਾਂ ਸਹੀ, ਕੱਢ ਤਾਂ ਸਹੀ, ਜਿਹੜਾ ਤੈਨੂੰ ਦਿੱਤਾ ਖੀਸੇ 'ਚ ਪਾ ਕੇ ਬਹਿ ਗਏ ਕਰਮਾਂ ਵਾਲਿਓ। ਮਹਾਰਾਜ ਜੀ ਨੇ ਕਦੇ ਇਹ ਨਹੀਂ ਕਿਹਾ ਵੀ ਮੇਰੇ ਲਈ ਅਚਨੋਬੇ ਸਾਹਿਬ ਲਾ ਦੇ, ਮੇਰੇ ਲਈ ਵਸਤਰ ਲਿਆ, ਆ ਲਿਆ। ਮਹਾਰਾਜ ਕਹਿੰਦੇ ਕੱਢ ਤੇ ਲੋੜਵੰਦਾਂ ਤੱਕ ਪਹੁੰਚਾ, ਜਿਹਦੇ ਤੱਕ ਜਿਹਨੂੰ ਲੋੜ ਹੈ, ਲੋੜ ਹੈ ਜਿਹਨੂੰ ਉਹਦੇ ਤੱਕ ਪਹੁੰਚਾ। ਗਰੀਬ ਕਾ ਮੂੰਹ ਗੁਰੂ ਕੀ ਗੋਲਕ ਪਾਤਸ਼ਾਹ ਕਹਿੰਦੇ ਮੇਰੇ ਤੱਕ ਪਹੁੰਚ ਜਾਏਗਾ। ਸਾਹਿਬ ਨੇ ਇੱਕ ਚੰਗਾ ਸੰਸਕਾਰ ਸਾਨੂੰ ਦਿੱਤਾ, ਚੰਗਾ ਗੁਣ ਦਿੱਤਾ ਕਿ ਇਸ ਗੁਣ ਦਾ ਤੂੰ ਧਾਰਨੀ ਹੋ। ਜੇ ਇਹ ਗੁਣ ਤੇਰੇ ਕੋਲ ਆ ਗਿਆ ਦਸਵੰਧ ਕੱਢਣ ਦਾ, ਕਹਿੰਦੇ ਬੜੇ ਪੁੰਨ ਇਕੱਠੇ ਕਰਕੇ ਜਾਏਗਾ, ਬੜਿਆਂ ਦੀਆਂ ਸੀਸਾਂ ਲੈ ਕੇ ਜਾਏਗਾ, ਉਹ ਜਿਹਦੇ ਜਿਹਦੇ ਕਾਰਜ ਸਵਾਰੇਗਾ ਪੂਰਾ ਪੂਰਾ ਟੱਬਰ ਤੈਨੂੰ ਸੀਸ ਦੇਗਾ, ਬੱਚੇ ਤੋਂ ਬੱਚਾ, ਵੱਡੇ ਤੋਂ ਵੱਡਾ ਸਾਧ ਸੰਗਤ, ਉਸ ਘਰ ਦਾ ਹਰ ਜੀ ਤੈਨੂੰ ਸੀਸ ਦੇਗਾ। ਬੜੀਆਂ ਸੀਸਾਂ ਇਕੱਠੀਆਂ ਲੈ ਕੇ, ਬਲੈਸਿੰਗਸ ਇਕੱਠੀਆਂ ਕਰਕੇ ਲੈ ਕੇ ਜਾਏਗਾ। ਪਰ ਸਾਹਿਬ ਕਹਿੰਦੇ ਆਹ ਕੰਮ ਕਰ।